ਅੰਮ੍ਰਿਤਸਰ ਸੀਆਈ ਸਟਾਫ ਨੇ ਵੱਖ-ਵੱਖ ਮਾਮਲਿਆਂ ਵਿੱਚ 5 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਪਹਿਲੇ ਮਾਮਲੇ ਵਿੱਚ ਸੀਆਈ ਸਟਾਫ ਨੇ 5 ਕਿਲੋ ਸੋਨਾ ਲੁੱਟਣ ਦੇ ਮਾਮਲੇ ਵਿੱਚ 2 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਤੋਂ 2 ਪਿਸਤਲ, 1 ਕਿਲੋ ਸੋਨਾ ਤੇ 70 ਗ੍ਰਾਮ ਗਹਿਣੇ ਬਰਾਮਦ ਹੋਏ ਹਨ। ਗ੍ਰਿਫਤਾਰ ਵਿਅਕਤੀਆਂ ਦੀ ਪਹਿਚਾਣ ਸੰਦੀਪ ਸਿੰਘ ਤੇ ਰੇਸ਼ਮ ਸਿੰਘ ਵਜੋਂ ਹੋਈ ਹੈ। ਇਸੇ ਤਰ੍ਹਾਂ ਸੀਆਈ ਸਟਾਫ ਨੇ 265 ਗ੍ਰਾਮ ਹੈਰੋਇਨ ਸਮੇਤ ਦਿਲਬਾਗ ਸਿੰਘ ਬਾਘਾ ਨਾਂ ਦੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਇਸ ਤੋਂ ਇਲਾਵਾ ਸੀਏ ਸਟਾਫ ਨੇ ਇੱਕ ਕਾਰ ਚੋਰੀ ਹੋਣ ਦੇ ਮਾਮਲੇ ਵਿੱਚ ਗੁਰਪ੍ਰੀਤ ਅਤੇ ਹਰਸਿਮਰਨ ਨਾਂ ਦੇ 2 ਨੌਜਵਾਨਾਂ ਨੂੰ ਵੀ ਕਾਰ ਸਮੇਤ ਗ੍ਰਿਫਤਾਰ ਕੀਤਾ ਹੈ। ਇਸ ਸੰਬੰਧੀ ਡੀਸੀਪੀ ਜਗਮੋਹਨ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਗ੍ਰਿਫਤਾਰ ਵਿਅਕਤੀਆਂ ਤੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ। ਸੀਪੀ ਸਾਹਿਬ ਦੀ ਜਿਹੜੀਆਂ ਦਿਸ਼ਾ ਨਿਰਦੇਸ਼ ਤਹਿਤ ਜਿਹੜਾ ਆਪਣੇ ਸਾਡੇ ADCP ਇਨਵੈਸਟੀਗੇਸ਼ਨ ਅਤੇ ACP ਇਨਵੈਸਟੀਗੇਸ਼ਨ ਪਲਵਿੰਦਰ ਸਿੰਘ, ਇੰਸਪੈਕਟਰ CA ਸੁਖਜਿੰਦਰ ਸਿੰਘ, ਇਹਨਾਂ ਦੀ ਟੀਮ ਵੱਲੋਂ ਲਗਾਤਾਰ ਜਿਹੜਾ ਕ੍ਰਿਮੀਨਲਸ ਦੇ ਖਿਲਾਫ ਜਿਹੜਾ ਆਪਰੇਸ਼ਨ ਚੱਲ ਰਿਹਾ ਸੀ, ਇਸੇ ਆਪਰੇਸ਼ਨ ਤਹਿਤ ਹੀ ਇੱਕ ਮੁਕੱਦਮਾ ਦਰਜ ਸੀਗਾ 141 ਨੰਬਰ FIR 8/7/2019 ਦੀ। ਇਹਦੇ ਵਿੱਚ ਤਕਰੀਬਨ ਜਿਹੜੀ ਹੈਗੀ ਆ 5 ਕਿਲੋ ਜਿਹੜਾ ਗੋਲਡ ਗਿਆ ਸੀਗਾ ਅਤੇ ਕਾਫੀ ਜਿਹੜਾ ਕੈਸ਼ ਗਿਆ ਸੀਗਾ। ਹੁਣ ਤੱਕ ਇਸ ਵਿੱਚ ਜਿਹੜੇ ਹੈਗੇ ਆ ਤਕਰੀਬਨ 10 ਮੁਲਜ਼ਮ ਜਿਹੜੇ ਅਰੈਸਟ ਕਰ ਲਏ ਆ। 4 ਕਿਲੋ ਜਿਹੜਾ ਸੋਨੇ ਦੀ ਰਿਕਵਰੀ ਹੋ ਚੁੱਕੀ ਹੈ ਟੋਟਲ, ਅਤੇ ਇਹਦੇ ਵਿੱਚ ਕੁਛ 29 ਲੱਖ ਰੁਪਈਆ ਜਿਹੜਾ ਕੈਸ਼ ਗਿਆ ਸੀਗਾ ਉਹ ਵੀ ਰਿਕਵਰ ਕੀਤਾ ਗਿਆ। ਇਹਦੇ ਵਿੱਚ CA ਇੰਸਪੈਕਟਰ ਵੱਲੋਂ ਅਲੱਗ ਜਿਹੜੀ ਇੱਕ ਟੀਮ ਇਸੇ ਕੇਸ 'ਤੇ ਲਾਈ ਹੋਈ ਸੀ, ਉਸੇ ਤਹਿਤ ਹੀ ਕੱਲ੍ਹ ਸੰਦੀਪ ਅਤੇ ਜਿਹੜਾ ਰੇਸ਼ਮ ਸਿੰਘ ਜਿਹੜਾ ਉਹਨਾਂ ਨੂੰ ਗ੍ਰਿਫਤਾਰ ਕੀਤਾ, ਜਿਨ੍ਹਾਂ ਕੋਲੋਂ ਇੱਕ ਰਿਵਾਲਵਰ, ਇੱਕ ਰਾਈਫਲ, ਇੱਕ ਚੋਰੀ ਦੀ ਸਕੂਟਰੀ ਬਰਾਮਦ ਕੀਤੀ, ਪਲੱਸ 1 ਕਿਲੋ ਸੋਨਾ ਰਿਕਵਰ ਕੀਤਾ ਉਹਨਾਂ ਕੋਲੋਂ, ਅਤੇ ਜਿਹੜੇ 70 ਗ੍ਰਾਮ ਦੇ ਕਰੀਬ ਜਿਹੜੇ ਹੈਗੇ ਆ ਉਹ ਗਹਿਣੇ ਜਿਹੜੇ ਰਿਕਵਰ ਕੀਤੇ ਆ। ਹੁਣ ਤੱਕ ਜਿਹੜੀ ਟੋਟਲ ਜਿਹੜੀ ਰਿਕਵਰੀ ਹੈਗੀ ਆ 1 ਕਰੋੜ ਅਤੇ 86 ਲੱਖ ਰੁਪਏ ਦੀ ਜਿਹੜੀ ਹੈ ਇਸ ਸੰਬੰਧ ਦੇ ਵਿੱਚ ਰਿਕਵਰੀ ਹੋ ਚੁੱਕੀ ਹੈ। ਪੁਲਿਸ ਨੂੰ ਇਹ ਬੜੀ ਵੱਡੀ ਸਫਲਤਾ ਮਿਲੀ ਹੈ। ਤਕਰੀਬਨ ਆਲਮੋਸਟ ਜਿਹੜੇ ਚੋਰੀ ਦੇ ਕੇਸ ਆ ਉਹਨਾਂ 'ਚ ਇੰਨੀ ਜ਼ਿਆਦਾ ਅਮਾਊਂਟ ਜੇ ਗਈ ਹੋਵੇ ਤਾਂ ਰਿਕਵਰੀ ਇਹ ਨਾ ਦੇ ਬਰਾਬਰ ਹੀ ਹੁੰਦੀ ਆ, ਪਰ ਸਿਰਫ ਹੁਣ 1 ਕਿਲੋ ਜਿਹੜਾ ਗੋਲਡ ਰਹਿ ਗਿਆ ਉਹਦੇ ਵਿੱਚ ਇੱਕ ਦੋਸ਼ੀ ਜਿਹੜਾ ਫਰਾਰ ਆ, ਉਹਦੇ ਲਈ ਅਸੀਂ ਅਲੱਗ ਅਲੱਗ ਜਿਹੜੀਆਂ ਟੀਮਾਂ ਲਾਈਆਂ ਹੋਈਆਂ, ਜਲਦੀ ਜਿਹੜੇ ਹੈਗੇ ਆ ਉਹ ਵੀ ਅਸੀਂ ਰਿਕਵਰ ਕਰ ਲਾਂਗੇ। ਦੂਜਾ ਇੱਥੇ ਇੱਕ ਪੁਰਾਣਾ ਸਮੱਗਲਰ ਸੀ ਦਿਲਬਾਗ ਸਿੰਘ ਬਾਘਾ। ਕੱਲ੍ਹ CA ਇੰਸਪੈਕਟਰ ਵੱਲੋਂ ਉਹਨਾਂ ਦੀ ਟੀਮ ਇੱਕ ਜਿਹੜੀ ਕ੍ਰਿਮੀਨਲ ਦੇ ਖਿਲਾਫ ਜਿਹੜੀ ਮੁਹਿੰਮ ਚਲਾਈ ਹੋਈ ਸੀ ਜਿਹੜੀ ਨਸ਼ੇ ਵਿਰੋਧੀ, ਉਸੇ ਤਹਿਤ ਹੀ ਕਾਬਲ ਸਿੰਘ ASC ਨੇ ਨਾਕਾ ਲਾਇਆ ਹੋਇਆ ਸੀਗਾ ਅਤੇ ਦਿਲਬਾਗ ਸਿੰਘ ਜਿਹੜਾ ਬਾਘਾ ਹੈਗਾ ਇਹਨੂੰ ਗ੍ਰਿਫਤਾਰ ਕੀਤਾ। ਇਹਦੇ ਕੋਲੋਂ ਜਿਹੜੀ ਆ 265 ਗ੍ਰਾਮ ਜਿਹੜੀ ਹੈਗੀ ਆ ਹੈਰੋਇਨ ਬਰਾਮਦ ਕੀਤੀ ਆ। ਇਹਦੇ ਖਿਲਾਫ ਆਲਰੇਡੀ ਪਹਿਲਾਂ ਵੀ ਪਰਚਾ ਦਰਜ ਹੈਗਾ, ਇਹ ਉਸ ਉਹਦੇ ਵਿੱਚ ਇਹ ਉੱਥੇ ਪਰੋਲ 'ਤੇ ਆਇਆ ਹੋਇਆ ਸੀ। ਤੀਸਰਾ ਕੇਸ ਇਹ ਆ ਕਿ ਇਹਦੇ 'ਚ CA ਇੱਕ ਬੜੀ ਵੱਡੀ ਸਫਲਤਾ ਮਿਲੀ। ਇੱਕ ਕਰੇਟਾ ਕਾਰ ਸੀਗੀ ਜਿਹੜੀ ਬਸੰਤ ਐਵਨਿਊ ਤੋਂ ਜਿਹੜੀ ਚੋਰੀ ਕੀਤੀ ਸੀਗੀ। ਗੁਰਪ੍ਰੀਤ ਅਤੇ ਹਰਸਿਮਰਨ ਨਾਂ ਦੇ ਜਿਹੜੇ 2 ਵਿਅਕਤੀ ਸੀਗੇ ਜਿਹੜੇ ਹੁੰਡਾਈ ਮੋਟਰ ਦੇ ਵਿੱਚ ਕੰਮ ਕਰਦੇ ਸੀਗੇ, ਉਹਨਾਂ ਨੇ ਇਹ ਸਰਵਿਸ ਕਰਨ ਲਈ ਕਾਰ ਗਈ ਸੀਗੀ ਅੱਜ ਤੋਂ 10-15 ਦਿਨ ਪਹਿਲਾਂ। ਉਹਨਾਂ ਨੇ ਜਦੋਂ ਕਾਰ ਸਰਵਿਸ ਲਈ ਗਈ ਤਾਂ ਇਹਦੀ ਇੱਕ ਡੁਪਲੀਕੇਟ ਚਾਬੀ ਜਿਹੜੀ ਤਿਆਰ ਕਰ ਲਈ। ਉਹ ਰਾਤ ਨੂੰ ਜਦੋਂ ਕਾਰ ਖੜੀ ਕੀਤੀ ਤਾਂ ਇਹ ਚਾਬੀ ਲਾ ਕੇ ਦੋਵੇਂ ਜਣੇ ਉੱਥੋਂ ਕਾਰ ਨੂੰ ਲੈ ਕੇ ਫਰਾਰ ਹੋ ਗਏ। ਇਹ ਇਸ ਕਾਰ 'ਤੇ ਜਾਲੀ ਨੰਬਰ ਪਲੇਟ ਲਾ ਕੇ ਮੇਰਠ ਵਿਖੇ ਇਹਨਾਂ ਨੇ ਵੇਚਣ ਦੀ ਕੋਸ਼ਿਸ਼ ਕੀਤੀ। ਕੱਲ੍ਹ ਇਹ ਜਦੋਂ ਜਾ ਰਹੇ ਸੀ, ਕੱਲ੍ਹ ਸ਼ਾਮੀ 6 ਵਜੇ ਦੇ ਕਰੀਬ SI ਪਰਮਿੰਦਰ ਸਿੰਘ CA ਇੰਸਪੈਕਟਰ ਤੋਂ CA ਦੇ ਵਿੱਚ ਜਿਹੜੇ ਤਣਾਅ 'ਤੇ ਆ ਉਹਨਾਂ ਨੇ ਮਜੀਠਾ ਰੋਡ 'ਤੇ ਨਾਕਾ ਲਾਇਆ ਸੀ। ਇਹਨਾਂ ਦੋਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ, ਚੋਰੀ ਦੀ ਜਿਹੜੀ ਹੈ ਗੱਡੀ ਇਹ ਰਿਕਵਰ ਕਰ ਲਈ।